ਇਹਨਾਂ ਦਾ ਬੇਟਾ ਨਾ ਹਰਪ੍ਰੀਤ ਸਿੰਘ ਇੱਕ ਕਹਿ ਰਿਹਾ ਸੀ ਕਿ ਇਹ ਪਿੱਛੀ ਸਾਹਿਬ ਰਿਹਾ ਜੀ, ਇਹ ਫਲਾਣੀ ਜਗ੍ਹਾ ਭਾਈ ਸਾਹਿਬ ਫਲਾਣੀ ਜਗ੍ਹਾ ਰਹੇ ਆ, ਉਹਨਾਂ ਨੂੰ ਮਾੜਾ ਬੋਲਦਾ, ਉਹਨਾਂ ਦੇ ਇਹਨੇ ਗੰਦੀ ਲਾ ਦੇ ਆ ਜੇ ਵੋ, ਮਤਲਬ ਇਹ ਜੀ ਪੁੱਟ ਕਰ ਰਹੇ ਇਹਨਾਂ ਨੂੰ। ਤੇ ਇਹ ਨਾ ਮਤਲਬ ਜਿਹੜਾ ਸਰੂਪ ਸਿੰਘ ਜੀ ਆ, ਇਹ ਬਾਬਾ ਪ੍ਰਿਤਪਾਲ ਸਿੰਘ ਜੀ ਝੀਲ ਵਾਲੇ ਚੰਡੀਗੜ੍ਹ ਵਾਲੇ, ਹਾਂਜੀ, ਉਹਨਾਂ ਕੋਲੇ ਰਿਹਾ। ਇਹਨਾਂ ਦੇ ਜਿੰਨੇ ਸੱਤ ਸੰਗੀ ਸੀ ਉਹ ਮੇਰੇ ਟੱਚ ਦੇ ਆ, ਮੇਰੇ ਨਾਲ ਗੱਲ ਵੀ ਹੁੰਦੀ ਉਹਨਾਂ ਦੀ ਰੋਜ਼। ਉਹ ਕਹਿੰਦੇ ਵੀ ਸਾਨੂੰ ਪਤਾ ਵੀ ਉੱਥੇ ਕੱਢਿਆ ਕਿਉਂ ਸੀ, ਮਤਲਬ ਉਹਨਾਂ ਨੇ ਮੈਨੂੰ ਗੱਲ ਨੀ ਦੱਸੀ। ਤੇ ਮੈਂ ਇੱਕ ਹਰਪ੍ਰੀਤ ਸਿੰਘ ਨੂੰ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ ਸੰਤ ਸਰ ਇੰਨਾ ਕੁਛ ਕਰਦੇ ਹੋ, ਕਦੇ ਵਿਸਾਖੀ ਦਾ ਪ੍ਰੋਗਰਾਮ ਰੱਖਦੇ ਹੋ, ਕਦੇ ਕੋਈ ਰੱਖਦੇ ਹੋ, ਹਾਂਜੀ, ਤੇ ਬਾਬਾ ਪ੍ਰਿਤਪਾਲ ਸਿੰਘ ਤਾਂ ਹਲੇ ਜਿਉਂਦੇ ਨੇ, ਤੁਸੀਂ ਉਹਨਾਂ ਨੂੰ ਕਿਉਂ ਨੀ ਸੱਦਦੇ ਫਿਰ ਵੀ? ਜਾਂ ਤੁਸੀਂ ਸਰੂਪ ਸਿੰਘ ਬਾਬਾ ਪ੍ਰਿਤਪਾਲ ਦੇ ਕਿਉਂ ਨੀ ਜਾਂਦਾ ਉੱਥੇ ਪ੍ਰੋਗਰਾਮ ਕਰਨ? ਮਤਲਬ ਥੋਡੀ ਵੀ ਕੋਈ ਨਾ ਕੋਈ ਗੱਲ ਆ, ਫੇਰ ਤਾਂ ਗੰਦੀ ਲਾਜ ਦਾ ਸਵਾਲ ਤਾਂ ਬਾਬਾ ਸਰੂਪ ਸਿੰਘ ਤੇ ਵੀ ਆਉਂਦਾ। ਨਹੀਂ ਨਹੀਂ ਵੈਸੇ ਵੀ ਵੀਰੇ ਇੱਕ ਗੱਲ ਆ, ਉਹ ਹਰਪ੍ਰੀਤ ਸਿੰਘ ਮੈਂ ਉਦੋਂ ਵੀ ਕਿਹਾ ਸੀ ਵੀ ਵੀਰਾ ਫੋਨ ਕਰ ਲਈ, ਅੱਜ ਵੀ ਉਹਨੂੰ ਬੇਨਤੀ ਆ, ਉਹਦਾ ਭਰਾ ਆ ਗੁਰਪ੍ਰੀਤ ਸਿੰਘ, ਸ਼ਾਇਦ ਉਹਦਾ ਪਿਓ ਆ ਸਰੂਪ ਸਿੰਘ, ਜਾਂ ਆਪ ਕੋਈ ਵੀ ਬੰਦਾ ਜਾਂ ਜਿੰਦ ਬਰਾਲੀ ਆ ਫੋਨ ਕਰ ਲਵੇ। ਇੱਕ ਗੱਲ ਮੈਂ ਉਹਨੂੰ ਦੱਸਣੀ ਚਾਹੁੰਦਾ ਤੇ ਜਦੋਂ ਨਾ ਕਿਸੇ ਨੂੰ ਗੰਦੀ ਔਲਾਦ ਕਹਿ ਦਿੱਤਾ, ਹਾਂਜੀ ਹਾਂਜੀ, ਪਹਿਲੀ ਗੱਲ ਤਾਂ ਇਹ ਹੈਗਾ ਮੁਹਾਵਰਾ, ਹਾਂਜੀ, ਇਹਨੂੰ ਜਾਣੀ ਘਰਦੇ ਵੀ ਕਈ ਵਾਰ ਵਰਤ ਲੈਂਦੇ ਆ, ਠੀਕ ਹੈ, ਇਹਨੂੰ ਰਹਿਣ ਦੇਣਾ ਚਾਹੀਦਾ ਸੀ। ਪਰ ਜੇ ਉਹ ਲਿਟਰਲੀ ਗੰਦੀ ਔਲਾਦ ਕਹਿਣ ਦੇ ਸ਼ਬਦਾਂ ਦੇ ਅਰਥਾਂ ਤੇ ਜਾਂਦਾ ਆ, ਹਾਂਜੀ, ਤੇ ਉਹਨੂੰ ਬੇਨਤੀ ਆ ਵੀ ਤੂੰ ਗੰਦੀ ਔਲਾਦ ਆ, ਇਹਦੇ ਸਬੂਤ ਤੇਰੇ ਕੋਲ ਨਹੀਂ ਹੋਣੇ, ਇਹਦਾ ਜਵਾਬ ਆਪਣੇ ਮਾਂ ਬਾਪ ਨੂੰ ਦੇਣ ਦੇ। ਹਾਂਜੀ 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 ਹਾਂਜੀ, ਜੇ ਕਿਸੇ ਨੂੰ ਭਾਈ ਜੇ ਕਿਸੇ ਨੂੰ ਸ਼ੱਕ ਆ ਨਾ, ਕਰਨੈਲ ਸਿੰਘ ਪੀਰ ਮੁਹੰਮਦ ਪਹਿਲਾਂ ਤੋਂ ਇਹਨਾਂ ਦਾ ਦੋਸਤ ਰਿਹਾ, ਇਹਨਾਂ ਦੀ ਦੱਬੀ ਹੋਈ ਕੋਠੀ, ਕਿਸੇ ਬਾਹਰਲੇ ਮੁਲਕ ਚੋਂ ਬੰਦਾ ਰਹਿੰਦਾ ਉਹਦੀ ਕੋਠੀ ਦੱਬੀ ਹੋ ਆਈ ਨੀ, ਉਹ ਚੋਂ ਰਹਿੰਦਾ ਆ, ਉਹਨੂੰ ਪੁੱਛ ਕੇ ਦੇਖ ਲਓ, ਸਾਰਿਆਂ ਨੂੰ ਦੱਸਣ ਲੱਗਾ ਆ ਵੀ ਇਹਦੀ ਮਾਤਾ ਸਰੂਪ ਸਿੰਘ ਦੀ ਵਾਈਫ ਕਿਸੇ ਸੇਵਾਦਾਰ ਨਾਲੇ ਭੱਜ ਗਈ ਸੀ। ਭਾਜੀ ਮਾਤਾ ਕੁਲਵੀਰ ਕੌਰ ਉਹਨਾਂ ਦਾ ਨਾਂ ਸੀ, ਇਹ ਨਾ ਅੱਜ ਤੋਂ ਤਕਰੀਬਨ 8 ਜਾਂ 6 ਜਾਂ 7 ਸਾਲ ਪਹਿਲਾਂ ਅਸੀਂ ਮਤਲਬ ਸ਼ੱਕਰ ਪਾਰੇ ਕਿਹਾ, ਕਦੇ ਕੁਛ ਲੰਗਰ ਲੈ ਕੇ ਜਾਂਦੇ ਰਹੇ, ਸਾਨੂੰ ਇਹਨਾਂ ਦੀ ਕੀ ਗੱਲ ਦਾ ਪਤਾ ਸੰਸਾਰ ਦਾ। ਤੇ ਉਦੋਂ ਗੁਰਪ੍ਰੀਤ ਸਿੰਘ ਟਰੱਕ ਤੇ ਖੜ ਕੇ ਨੱਚੇ ਸੀ, ਜਿਹੜਾ ਹਰਪ੍ਰੀਤ ਸਿੰਘ ਦਾ ਬੜਾ ਭਰਾ, ਉਸ ਗੱਲ ਪਿੱਛੇ ਇਹਨਾਂ ਦਾ ਝਗੜਾ ਹੋਇਆ। ਇਹ ਕਹਿੰਦਾ ਤੂੰ ਨੱਚਿਆ ਕਿਉਂ? ਕਹਿੰਦਾ ਮੈਂ ਤਾਂ ਨੱਚਣਾ, ਮਤਲਬ 5-6 ਉਹਦੇ ਨਾਲ ਮੁੰਡੇ ਗੁਰਮਤ ਦੀ ਗੱਲ ਵੀਡੀਓ ਪਾ ਕੇ ਤਾਂ ਇੱਦਾਂ ਕਰਦਾ ਵੀ ਸਾਰਾ ਕੁਛ ਇਹਨਾਂ ਦੇ ਕੋਲੇ ਆ, ਇਹੀ ਪਾਸ ਕਰਦੇ ਵੀ ਆਹ ਗੁਰਮਤ ਆਹ ਨਹੀਂ, ਇਹਨਾਂ ਦਾ ਰਿਐਲਿਟੀ ਚਲੇ ਜਾਓ, 1% ਵੀ ਨੀ ਖਰੇ ਉਤਰਨਗੇ ਭਾਜੀ। ਇਹ ਨਗਰ ਕੀਰਤਨ ਚੱਲਦਾ ਪਿੱਛੇ ਮਹਾਰਾਜ ਦੀ ਸਵਾਰੀ ਉੱਤੇ ਗੁਰਪ੍ਰੀਤ ਸਿੰਘ ਨੇ 407 ਟਰੱਕ ਦੇ ਉੱਤੇ ਨਾ ਫੱਟੇ ਲਾ ਕੇ ਉਹ ਬਣਾਈ ਹੋਈ ਆਪਣੀ ਛਾਤੀ ਉੱਚੀ ਚੱਕੀ ਹੋਈ, ਉਹ ਤੇ ਖੜ ਕੇ ਨੱਚਿਆ ਸੀ। ਜਾਂ ਤਾਂ ਗੁਰਪ੍ਰੀਤ ਸਿੰਘ ਵੀਡੀਓ ਪਾ ਕੇ ਕਹਿ ਦੇਵੇ ਵੀ ਮੈਂ ਨਹੀਂ ਨੱਚਿਆ ਸੀ, ਮਤਲਬ ਨਗਰ ਕੀਰਤਨ ਦੇ ਵਿੱਚ ਨੱਚਣਾ ਕਿੱਡੀ ਉਹ ਆ ਵੀ ਇਹ ਗੁਰਮਤ ਦੇ ਵਿੱਚ ਹੈ ਜਾਂ ਚਲੋ ਨਗਰ ਕੀਰਤਨ ਹੋਣਾ ਜਾਂ ਨਹੀਂ ਹੋਣਾ ਉਹ ਆਪਾਂ ਨੂੰ ਤਾਂ ਪਤਾ ਹੀ ਹੈ, ਜਾਂ ਵੀ ਮਤਲਬ ਠੀਕ ਆ, ਪਰ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੱਗੇ ਨੱਚਿਆ। ਇਹਨਾਂ ਨੂੰ ਤਾਂ ਦੱਸਣਾ ਚਾਹੀਦਾ ਨਾ ਸਰੋਤਿਆਂ ਨੂੰ, ਆਪ ਤਾਂ ਜਵਾਬ ਦੇਣ ਆਪਣੇ। ਹਾਂਜੀ ਹਾਂਜੀ ਹਾਂ, ਤੇ ਉਹ ਤੋਂ ਬਾਅਦ ਭਾਜੀ ਗੱਲ ਇੱਕ, ਹੁਣ ਮੈਂ ਇੱਕ ਹਰਪ੍ਰੀਤ ਸਿੰਘ ਨੂੰ ਕਹਿੰਦਾ ਵੀ ਹਰਪ੍ਰੀਤ ਸਿੰਘ ਨੇ ਫਰੂਟੀ ਦਿਵਸ ਤਾਂ ਕਹਿਤਾ ਵੀ ਅਸੀਂ ਮਨਾ ਲਿਆ ਫਰੂਟੀ ਦਿਵਸ, ਹਾਂਜੀ, ਤੇ ਹੁਣ ਅਸੀਂ ਸਤਰੌਲ ਦਿਵਸ ਮਨਾਉਣਾ, ਜਿੱਦਣ ਚੰਡੀਗੜ੍ਹ ਪੁਲਿਸ ਨੇ ਇਹਨਾਂ ਦਾ ਫੇਰਿਆ ਸੀ ਸੰਸਾਰ ਅੱਗੇ, ਇਹ ਗੋਲੀਆਂ ਲੱਗੇ ਸੀ ਚਲਾਉਣ, ਮਿੰਟ 10 ਨਹੀਂ ਸੀ ਲਾਏ ਚੰਡੀਗੜ੍ਹ ਪੁਲਿਸ ਨੇ, ਜਦੋਂ ਕੱਢ ਕੇ ਸਾਰੇ ਜਾਣੇ ਬਾਹਰ ਬਿਠਾ ਲਏ ਸੀ ਪੈਰਾਂ ਭਾਰ। ਨਹੀਂ ਨਹੀਂ ਉਹ ਤਾਂ ਜੀ ਕਰਨੈਲ ਸਿੰਘ ਪੀਰ ਮੁਹੰਮਦ ਤਾਂ ਇਹ ਕਹਿੰਦਾ ਵੀ ਭੱਜਣ ਦਿਵਸ ਵੀ ਮਨਾਓ। ਹਾਂ ਗੱਲ ਤਾਂ ਭਾਈ ਉਹੀ ਤਾਂ ਗੱਲਾਂ ਆਈ ਜਾਣੀਆਂ ਮੂਰੀਆ, ਸ਼ਾਇਦ ਨਹੀਂ ਕਿਸੇ ਨੂੰ ਪਤਾ ਸਾਡੇ ਹੁਸ਼ਿਆਰਪੁਰ ਏਰੀਏ ਚ ਇਹਨਾਂ ਨੇ ਬਹੁਤ ਨਜਾਇਜ਼ ਕਰਿਆ ਹੋਇਆ ਭਾਜੀ। ਨਾ ਨਾ ਗੁਰਦਾਸਪੁਰ ਵਿੱਚ ਤਾਂ ਬਹੁਤ ਜ਼ਿਆਦਾ ਵੀਰਾ ਗੰਦ ਪਾਇਆ ਆ ਉੱਥੇ, ਤਾਂ ਉਹ ਤਾਂ ਗੱਲ ਛੱਡ ਦਿਓ। ਹਾਂਜੀ ਭਾਜੀ ਹੁਸ਼ਿਆਰਪੁਰ ਏਰੀਏ ਚ ਜਿੱਥੇ ਗੁਰਦੁਆਰਾ ਦਿਖਦਾ ਇਹਨਾਂ ਨੂੰ ਆਨ ਰੋਡ ਆ ਜਾਂ ਵਧੀਆ, ਉੱਥੇ ਦੇ ਖੰਡ ਪਾੜ ਦੀਆਂ ਲੜੀਆਂ ਦੇ ਚਾਰ ਪਾਟੀ ਛੱਡਿਆਂ ਦੇ ਜਾ ਕੇ। ਨਹੀਂ ਨਹੀਂ ਉਹ ਕਰੈਕਟਰ ਪੱਖੋਂ, ਔਰਤਾਂ ਦੇ ਪੱਖੋਂ ਸਰੂਪ ਸਿੰਘ ਦਾ ਇੰਨਾ ਭੈੜਾ ਰਿਕਾਰਡ ਆ, ਤੁਸੀਂ ਗੱਲ ਛੱਡ ਦਿਓ। ਹਾਂਜੀ ਹਾਂਜੀ ਉਹ ਚੀਜ਼ ਦਾ ਮਾਤਾ ਕੁਲਵੀਰ ਕੌਰ, ਇਹਨਾਂ ਦੀ ਮਾਤਾ ਜੀ ਕੁਲਵੀਰ ਕੌਰ ਚਲੋ ਨਹੀਂ ਰਹੇ, ਪਰ ਉਹਨਾਂ ਬਾਰੇ ਵੀ ਸਾਰੀ ਸੰਗਤਾਂ ਨੂੰ ਪਤਾ ਵੀ ਚਲੋ ਕੀ ਸੀ ਕੀ ਨਹੀਂ ਸੀ। ਅੰਬਾਲੇ ਦੇ ਏਰੀਏ ਤੋਂ ਜੀ ਮੈਨੂੰ 5-6 ਫੋਨ ਆ ਗਏ, ਉਹ ਕਹਿੰਦੇ ਵੀ ਸਾਡੇ ਘਰਾਂ ਚ ਆਉਂਦੇ ਸੀ, ਸਾਰਿਆਂ ਨੂੰ ਪਤਾ ਆ। ਹਾਂਜੀ ਉਹ ਤਾਂ ਹੁਣ ਤੋਂ ਦੱਸ ਮੂਰਖਾ, ਸਾਨੂੰ ਆਪਣੀਆਂ ਜਾਣੀ ਪਤਾ ਹੀ ਹੁੰਦਾ ਕਰਤੂਤਾਂ ਦਾ।
गल हुई आ तू तेनू गंदी औलाद कहा पे तेरे प्यो नू कहा तू कह पे भाई चलो जी जे जवाब देना भी आ तू कह देखो जी गुस्से नाल कह दिता उन्हें पे साडे पिता जी जदों होणगे वेले जवाब दे देणगे उन्हां गल्लां दे हैना फिल्मां गल कीती सी ओ जिहड़ी मैनूं याद नहीं हुण फिल्म दा नां नहीं याद आ उहदे च रणवीर सिंह ते प्रियंका भैण भरा हुंदे आ ते ओह दोवे जणे बैठ के कहिंदे कहिंदे सारा पता तुसीं की करदे आ जो तू बिजनेस ट्रिप ते बाहर जाना कहिंदी मैनूं सारा पता तेरे ट्रिप किद्दां दे हुंदे आ देख लो मतलब गल्लां दा गुरमत दी इदां तां पाजी किहनां ने सब ते देखो इन्हां दी ना कल परसों इन्होंने अपनी पेज से पाए थे एक अपने भाई साहब से उन्होंने दसिया से भी किदा है गुरु ग्रंथ साहब के पुराने स्वरूप जाके वो करते ने मतलब भी बिजनेस करते ने जाके ते उन्होंने इन्होंने अज अपने पेज से पाई हो तो एफ आर आई करा दी ला दसो भी जे तुसी सच्चे होंदे तुसी वीडियो बना के पाउंदे भी आ स्वरूप थी उन्होंने आ पैसे आए सी ऐदा असि खर्च करे इथे इथे आ इनकम हुई आ मतलब साडा खर्चा होया चलो वीरे सतनाम सिंह भी आ हरप्रीत जो सरूप सिंह एक संत का मुंडा है मतलब इन्होंने कहने मुताबिक है ना ब्रह्म ज्ञानी महापुरख का मुंडा है वो है ना हजारा पाठ खंड पाठ कराते बापू ने लड़िया शब्द ही बड़ा बुरा लगता यार कौन लगे मैं लड़ी से भैड़ा लगता जो लड़ी को कहता ना तो लड़ी चलाई महाराज गुरु ग्रंथ साहब की वह बुरा लगता तो मन सोच के देखो है ना वो पटाकिया दड़िया तो है नहीं है ना जिड़ी चलाती है ठा ठा कराती उदो बुरा लग फिर संत का मुंडा हजार खंड पाठ कराते एडे कमीने चोले भी पायो कशहरे भी पायो डाहे डाहे मैं कहना ऑन एयर कहना डाहे मैं कहते कहना मैं दसदा हाँ डाहे भी पायो गला च क्योंकि कृपान होंगी तो झूठ नहीं बोल सकता सी बंदे फिर झूठ बोल गया कि मैं ढिडरिया वाले वारे नहीं पाई कहना मैं जन्मदिन मनाया देखो यार तुसी इन्नी इन्नी हिम्मत तो करो यार जिहड़ी गल पता गल हुई है ना हाँ ही तो गल पता की है भाजी थोड़ी गल बार बार जान आई हारे हुए बंदे है ना जिहड़े उन्हीं कृपाना पा लिया सारे हुए बंदे ने जिहड़ा कितने कामयाब नहीं होया ना जिहड़ा हर पासों रह गया निखिद निकलिया उहदा दिल कीता उहने चक्किया चक्के चक्किया कशहरा परना सिर ते रखिया ते जाके पंजा प्यारां दे मूहरे बैठ के लैन लगी उह क्योंकि सेलां ते अमृत लगे हुआ जिथे मर्जी लाओ जाके तुसीं नहीं नहीं इस गल उहदे मूहरे बैठ के लाली मैं क्या इस गलों सोच के मैनू जेडे साडे पंजाब दे दो ग्रुप आ ना उन्हां ते बहुत गिलाया बहुत गुस्सा आउंदा एक तां जेडे कामरेड बने आ क्योंकि वह उन्हें को अपरचुनिटी सी पढ़े लिखे सारा कुछ सीगा समझदे सी गल नू उन्हां नू ए लड़ाई अज तो 70-80 साल पहला शुरू करनी चाहीदी सी पर उन्होंने अपनियां बद चलनियां करके कॉम्युनिज्म नू प्रेफर कीता इधरों तलांजली दे के और उन्होंने इस चीज नू शह दित्ती आ बाबावाद नू भी टकसालवाद नू भी क्योंकि वह कहिंदे आ वह बार बार उन्हां दा बेनीफिट जिहड़ी जिहड़ी ना वह धिर बन के बह गए सी उन्हां दा फायदा तां सी जे इह टकसाल इह कम मंत्रां वाले करामातां वाले कामयाब हुंदे फिर उन्हां दी गल दी वैल्यू बणदी सी बिल्कुल हां
पहला धोखा उन्हें यह किया पंजाब नाल पे आप गुरु पातशाह की विचारधारा ना प्रचार के उधर गए दूजे जे उस वेले वह खड़ जाते तो यह जो इन्ना जोर ना फड़ती टकसाल कद भी दूजा उन्हें यह किया इस चीज नू पानी पाया बदल दिता ताके अपने सैमीनारा में जिथे बहते जतिंद्र पन्नू वर्गे बंदे गल्लां करदे सी उन्हां गल्लां दी वैल्यू बनदी पे धर्म आ करदा आ धर्म लड़ाइयां पाउंदा आ करदा ठीक है दूजा तबका जिहड़ा भगत रविदास जी दे नां ते अलग होया उन्हां दा फर्ज बनदा सी इह पे जदों उन्हां नूं लगा सी पे उन्हां नूं दरकारिया जा रहा धक्किया जा रहा यह लड़ाई लड़दे उह बिल्कुल हां बक ना निकलवे इन्होंने विरोध होंगे जिन्नी गिणती सी उन्हां दी जिन्ना कबीलाबाद है उन्होंने अंदर जिन्ना तुसी देखो कौमवाद बहुत है उन्होंने अंदर एकदम कट्ठे हो जाते इन्हां दी गुंडागर्दी के मोहरे खड़ सकते बेशक लड़ते ना जे गुरुद्वारे बखरे बनाए भी सी तां ओह कोशिश करते भगत रविदास जी गुरु साहब जो चाहते हैं उदा ने होंगे उन्होंने बखरे होके गुरुद्वारे उदा ने बनाए जिदा ने बिल्कुल ब्राह्मण के मंदिर बस उन्होंने खाते जा डिगे हां हुण कामरेडा ने भी इन्हां नूं ताकत दित्ती आ देखो जी जिहड़ा बंदा कहिंदा पे रब नहीं हुंदा उह इदां दा हुंदा सिगरटां पींदा बाह कटाउंदा कोई फर्ज नहीं कोई कुछ नहीं है ना रविदास वालियां दे बारे भी उन्हां दे अंदर उन्हां नूं ताकत मिली भी देखो जी जिहड़ा बंदा इदां कहिंदा पे पंथ दा हिस्सा नहीं हैगा उह तां राधा स्वामी होए उह भी अलग हो के निरंकारियां ने मतलब सारियां ने उह चीज़ दा नुकसान कीता साडा डेराबाद बंद हो तो चाहते है डेरेबाद हो गए ताही तो उन्होंने रोटी चलू बस आही मैं ता कहना भी मैं जिहड़ा हो सकता बहुत दुख लगे भी डाह पाए नूं कह दिता तुसीं जिस भी अपने लाली तरन तारन वाले की देखो ते ओ जदों तां पहला सिरे दा नछेड़ी चक्किया किशारा परमा जाके अमृत एडा कृपान पंज फुट्टी पा ले गल फिर छोटी पा ली एडी फीम की गोली कृपान पाण तों बाद ओ फीम की खा के ओ दस रिहा पिया देखो मैं खा के ऑन टीवी के उत्ते वीडियो बना के पा रहा ओ भी कौम का कौमी सिख्या वह भी कौम का अपने दूजा सेवादार आ जो दिल करता जेदा दिल करता सत्कार कमेटी च होके जेदा दिल करता अपने किसी ना किसी ग्रुप च आके एक सिरलख मेरे ख्याल कल ना गल कर रही भाजी परमजीत अकाली का अपने हैगा जथे का सिरलख खालसा सिरलख जथा ठीक है हाँ वह सवेरे आ रहा मेरी गल थोड़े को साढ़े को है ना प्रोग्राम से आप मैं भी सवेरे होर गल करनी मैं वैसे रब बारे गल करनी थी पर हूं नहीं हूं असं लेट हैं तो मैं तो इन्नी गल करनी थी कि यह बंदे नाकामयाब बंदे आ जे जिधर बाकी कित नहीं कामयाब होया ना बंदा उस कछहरा तौलिया परना चोला पा के वह इधर करोड़पति बन गया बस 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 खुला खुला अवारा फिरिया जानी बिल्कुल देखो तुम इन्हों नहीं इन्हों बेरा बट्टे ना पुछे कोई जी इन्हों की करतूत आ कख नहीं कम कम चोर बंदे आ यार सारे पर देख लो तुहाडे मोहरे वीडियो आ रही ना जे इन्हों की बिल्कुल निरपक्ष जाके अरब करोड़ा नहीं अरबापति बंदे आए पता नहीं किनिया प्रॉपर्टियां लोगों ठीक करने के नाते लोगों बीमारियां ठीक करने के नाते अपने ना करा के इस वे ऐशिया मार दिया है किसी काम के बंदे कोई शक नहीं जी कोई शक नहीं पूरा पूरा सिरे का गंद पा रहे हैं।